ਸੋ ਉਹ ਦਿਨ ਮੁੜ ਕੇ ਨਹੀਂ ਆਇਆ। ਸੋ ਆ ਠੇਕੇਦਾਰ ਭਗਵਾਨ ਦਾਸ ਜੀ ਆਏ ਹੋਏ ਸੰਗਤ ਦਾ ਔਰ ਸ਼ਰਧਾ ਦੇ ਫੁੱਲ ਪੇਂਟ ਕਰਨਗੇ ਜੀ। ਸੰਤ ਕਮਾਰਕ ਧਰਮ ਕੀ ਪੌੜੀ ਸ਼ੋਭਡ ਭਾਗੀ ਪਾਏ। ਅੱਜ ਉਸ ਮਹਾਨ ਹਸਤੀ ਨੂੰ ਸੰਤ ਮਹਾਂਪੁਰਸ਼ ਵੀ ਸ਼ਰਧਾਂਜਲੀ ਦੇਣ ਵਾਸਤੇ ਆਏ। ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਚ ਬਿਰਾਜਮਾਨ ਸਾਰੀ ਸਤਸੰਗ, ਅੱਜ ਆਪਾਂ ਉਹ ਮਹਾਨ ਰੂਹ ਸੰਦੀਪ ਚੀਨਾ ਜੀ ਨੂੰ ਨਿੱਘੀ ਸ਼ਰਧਾਂਜਲੀ ਦੇਣ ਵਾਸਤੇ ਇਕੱਤਰ ਹੋਏ ਹਾਂ। ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਮੈਂ ਬੜੀਆਂ ਸਟੇਜਾਂ 'ਤੇ ਬੋਲਿਆ, ਪਰ ਅੱਜ ਜਿਹੜੇ ਮੇਰੇ ਬੋਲ ਹੈ ਉਹ ਕੰਠ ਤੋਂ ਬਾਹਰ ਨਹੀਂ ਆ ਰਹੇ। ਇਹੋ ਜਿਹਾ ਅਸੀਂ ਦੋਸਤ ਜਿਹੜਾ ਉਹ ਖੋਇਆ, ਜਿਹਨੇ ਮੈਨੂੰ ਬਾਬਾ ਬੋਰਡ ਬਣਾਇਆ, ਉਹ ਦੁਨੀਆਂ ਦੇ ਵਿੱਚ ਮੈਨੂੰ ਪ੍ਰਚਲਿਤ ਕੀਤਾ ਕਿ ਇਹ ਸਾਡੇ ਬਾਬਾ ਬੋਰਡ ਹੈ। ਔਰ ਮੈਨੂੰ ਨਹੀਂ ਸੀ ਪਤਾ ਕਿ ਉਹਦੀ ਮੌਤ ਦੀ ਅਗਵਾਈ ਮੈਨੂੰ ਕਰਨੀ ਪਊਗੀ। ਮੈਨੂੰ ਸੱਚਮੁੱਚ ਨਹੀਂ ਸੀ ਪਤਾ। ਇੰਨਾ ਪਿਆਰ, ਇੰਨਾ ਸਤਿਕਾਰ, ਦੁਨੀਆਂ ਰੋ ਰਹੀ ਹੈ। ਪਰਿਵਾਰ ਵੱਲੋਂ ਬੇਨਤੀ ਹੋਈ ਕਿ ਸਾਰਿਆਂ ਦਾ ਧੰਨਵਾਦ ਕਰਨਾ ਜਿੰਨੇ ਵੀ ਲੋਕ ਆਏ। ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ, ਉਹ ਲੰਗਰ ਬਣਿਆ ਹੈ, ਉਹ ਖਾ ਕੇ ਜਾਣਾ। ਇੱਕ ਮੈਂ ਬੇਨਤੀ ਕਰਾਂਗਾ ਜ਼ਰੂਰ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਸਾਡੇ ਸੁੱਖਾਂ ਦੀ ਨਿਸ਼ਾਨਦੇਹੀ ਕੀਤੀ। ਉਹ ਲਿਖਦੇ ਨੇ ਗੁਰਬਾਣੀ ਦੇ ਵਿੱਚ ਸੰਤ ਮਹਾਂਪੁਰਸ਼ ਬੈਠੇ ਨੇ, ਰਵਿਦਾਸ ਮਨੁੱਖ ਕਰ ਬਚਨ ਕੋ ਸੁੱਖ ਕਰ ਹੈ ਦੋ ਠਾਉਂ, ਇੱਕ ਸੁੱਖ ਸਭ ਰਾਜ ਮੇਂ ਦੂਜਾ ਮਰਗਟ ਗਾ। ਇੱਕ ਸੁੱਖ ਆਪਣੇ ਰਾਜ ਭਾਗ ਦੇ ਵਿੱਚ ਹੁੰਦਾ, ਉਹ ਦੂਸਰਾ ਸ਼ਮਸ਼ਾਨ ਘਾਟ ਦੇ ਵਿੱਚ ਹੁੰਦਾ। ਹੁਣ ਅੱਜ ਸਾਡਾ ਜਿਹੜਾ ਭਰਾ ਬੱਚਿਆਂ ਵਰਗਾ, ਉਹਨੂੰ ਨਹੀਂ ਪਤਾ ਕਿ ਮੇਰੀ ਵਾਈਫ, ਮੇਰੇ ਬੱਚੇ ਕਿੱਦਾਂ ਰੋ ਰਹੇ ਨੇ। ਉਹਨੂੰ ਨਹੀਂ ਪਤਾ ਕਿ ਮੇਰਾ ਭਰਾ ਕਿੱਦਾਂ ਰੋ ਰਿਹਾ, ਮੇਰੇ ਭਰਾ ਕਿੱਦਾਂ ਰੋ ਰਹੇ, ਮੇਰੀਆਂ ਭਰਜਾਈਆਂ ਕਿੱਦਾਂ ਰੋ ਰਹੀਆਂ, ਮੇਰੀ ਮਾਂ ਕਿੱਦਾਂ ਰੋ ਰਹੀ ਹੈ, ਔਰ ਮੈਨੂੰ ਚਾਹੁਣ ਵਾਲੇ ਕਿੱਦਾਂ ਰੋ ਰਹੇ ਨੇ। ਉਹਨੂੰ ਨਹੀਂ ਪਤਾ। ਉਹਨੇ ਜਿਹੜਾ ਸਾਮਰਾਜ ਖੜਾ ਕੀਤਾ, ਮਿੱਟੀ ਦੀਆਂ ਟਰਾਲੀਆਂ ਆਪ ਭਰੀਆਂ ਢੋਈਆਂ, ਢੇਰ ਆਪ ਭਰੇ ਢੋਏ ਔਰ ਖੇਤਾਂ 'ਚ ਛਿੱਟੇ, ਔਰ ਐਡਾ ਵੱਡਾ ਸਾਮਰਾਜ ਖੜਾ ਕੀਤਾ। ਉਹ ਆਈਡੀਆ ਡਿਸਕਸ ਕਰਦੇ ਸੀ, ਮੇਰੀ ਹੁਣ ਰੇਖਾ ਮੇਰੀ ਬੱਚੀਆਂ ਵਰਗੀ ਆ, ਛੋਟੀ ਭਰਜਾਈ, ਵੀ ਇਹ ਜਿਹੜੀ ਕਮਾਂਡ ਹੁਣ ਤੁਸੀਂ ਸੰਭਾਲਣੀ, ਜਿਹੜਾ ਉਹਨੇ ਸਾਮਰਾਜ ਖੜਾ ਕੀਤਾ ਸੀ ਉਹਨੂੰ ਅੱਗੇ ਵੀ ਚਲਾਉਣਾ, ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਜੋ ਉਹਨਾਂ ਦੀ ਸੋਚ ਸੀ। ਔਰ ਉਹਨਾਂ ਦੇ ਭਰਾ ਅਮਰੀਕ ਸਿੰਘ, ਅਵਤਾਰ ਸਿੰਘ, ਇਹਨਾਂ ਦੀ ਜ਼ਿੰਮੇਵਾਰੀ ਵੱਧ ਗਈ ਹੈ। ਖਾਸ ਕਰਕੇ ਮੈਂ ਅਮਰੀਕ ਸਿੰਘ ਜੀ ਨੂੰ ਕਹਾਂਗਾ, ਦੁੱਖ ਬਹੁਤ ਵੱਡਾ। ਪਹਿਲਾਂ ਤੁਹਾਡੀਆਂ ਦੋ ਬੇਟੀਆਂ, ਇੱਕ ਬੇਟਾ ਸੀ, ਹੁਣ ਤੁਹਾਡੇ ਤਿੰਨ ਬੇਟੇ ਅਤੇ ਦੋ ਬੇਟੀਆਂ। ਤੁਹਾਡੀ ਜ਼ਿੰਮੇਵਾਰੀ ਵੱਧ ਹੈ, ਇਹਨਾਂ ਦਾ ਧਿਆਨ ਰੱਖਣਾ,
ਜਿੱਥੇ ਸਾਡੀ ਕਦੀ ਜ਼ਰੂਰਤ ਪਵੇ ਅਸੀਂ ਨੰਗੇ ਪੈਰੀ ਹਾਜ਼ਰ ਹਾਂ। ਔਰ ਉਹ ਜਿਹੜਾ ਸਾਮਰਾਜ ਜਿਹੜਾ ਖੜਾ ਕੀਤਾ ਉਹਨਾਂ ਨੇ, ਉਹਨੂੰ ਚਲਾਉਣ ਵਾਸਤੇ ਹੁਣ ਭੈਣ ਜੀ ਨੂੰ ਖੁਦ ਅਗਵਾਈ ਕਰਨੀ ਪਏਗੀ। ਔਰ ਜਿੰਨੇ ਵੀ ਉੱਥੇ ਇੰਪਲਾਈਜ ਹੈ, ਮੇਰੀ ਇੱਕ ਬੇਨਤੀ ਹੈ, ਕਿਉਂਕਿ ਉਹ ਚੀਨੇ ਦੁਆਰਾ ਭਰਤੀ ਕੀਤੇ ਗਏ ਸੀ, ਉਹਨਾਂ 'ਚੋਂ ਤੁਸੀਂ ਕਿਸੇ ਨੂੰ ਵੀ ਇੱਧਰ ਉੱਧਰ ਨਹੀਂ ਕਰਨਾ, ਸਾਰਿਆਂ ਦੀਆਂ ਸੇਵਾਵਾਂ ਲੈਣੀਆਂ, ਉਹਨਾਂ ਨੂੰ ਕੰਮ ਦਾ ਪਤਾ ਹੈਗਾ। ਔਰ ਉਹ ਜੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਲੱਗੇ ਕਿ ਇਹ ਕੰਮ ਠੀਕ ਨਹੀਂ ਕਰ ਰਹੇ, ਫਿਰ ਉੱਤੇ ਵਿਚਾਰ ਕੀਤਾ ਜਾ ਸਕਦਾ। ਜੇ ਉਹ ਕੰਮ ਨੂੰ ਵਧਾ ਕੇ ਦਿੰਦੇ ਆ ਅਤੇ ਤੁਹਾਡੀ ਅਗਵਾਈ ਦੇ ਵਿੱਚ, ਮੈਨੂੰ ਲੱਗਦਾ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਗੇ, ਕਿਉਂਕਿ ਜੇ ਚੀਨਾ ਜੀ ਨੇ ਰੱਖੇ ਸੀ ਤਾਂ ਉਹ ਇਮਾਨਦਾਰ ਹੀ ਰੱਖੇ ਆ ਸਾਰੇ। ਆਪਾਂ ਇਹਨੂੰ ਅੱਗੇ ਵਧਾਉਣਾ ਤੁਹਾਡੀ ਅਗਵਾਈ ਦੇ ਵਿੱਚ, ਰੋਣਾ ਨਹੀਂ ਹੈ। ਅਸੀਂ ਬੜਾ ਰੋ ਕੇ ਦੇਖ ਲਿਆ, ਰੋਣ ਦੇ ਨਾਲ ਮਸਲੇ ਹੱਲ ਨਹੀਂ ਹੋਣੇ। ਇਹ ਹੁਣ ਸਾਨੂੰ ਹੌਸਲੇ ਰੱਖ ਕੇ, ਹੌਸਲੇ ਨਾਲ ਅੱਗੇ ਵਧਣਾ ਪੈਣਾ, ਤਾਂ ਉਹ ਜਿਹੜੀ ਕਾਨੂੰਨੀ ਲੜਾਈ ਜਿਹੜੀ ਆ ਸੰਵਿਧਾਨਕ ਦਾਇਰੇ 'ਚ ਰਹਿ ਕੇ ਸਾਨੂੰ ਲੜਨੀ ਪੈਣੀ ਆ। ਮੈਂ ਉਹਨਾਂ ਜਥੇਬੰਦੀਆਂ ਦਾ, ਜਿੰਨੀਆਂ ਵੀ ਜਥੇਬੰਦੀਆਂ, ਸਮੂਹਿਕ ਜਥੇਬੰਦੀਆਂ, ਧਾਰਮਿਕ, ਰਾਜਨੀਤਿਕ, ਸਮਾਜਿਕ, ਕਿਸਾਨ ਜਥੇਬੰਦੀਆਂ, ਜਿਨ੍ਹਾਂ ਨੇ ਭਰਪੂਰ ਸਾਥ ਦਿੱਤਾ, ਉਹਨਾਂ ਦਾ ਪਰਿਵਾਰ, ਔਰ ਮੈਂ ਵੀ ਦਿਲੋਂ ਰਿਣੀ ਹਾਂ, ਉਹਨਾਂ ਨੇ ਜੋ ਵੀ ਠੇਕੇਦਾਰ ਜੀ ਦਾ ਫੈਸਲਾ ਸੀ ਉਹ ਇੰਨ ਬਿੰਨ ਮੰਨਦੇ ਸੀ। ਬਹੁਤ ਸਾਰੇ ਫੈਸਲੇ ਜਿੱਦਾਂ ਪਟਵਾ ਜੀ ਨੇ ਦੱਸਿਆ, ਚੌਧਰੀ ਲਾਰਨ ਜੀ ਨੇ ਵੀ ਦੱਸਿਆ, ਇਹੋ ਜਿਹੇ ਆਉਂਦੇ ਸੀ ਅਤੇ ਜਿਨ੍ਹਾਂ 'ਚ ਮੈਨੂੰ ਲੱਗਦਾ ਸੀ ਇਹਦੇ ਨਾਲ ਸਾਡਾ ਨੁਕਸਾਨ ਹੋ ਸਕਦਾ, ਮੈਂ ਉਹ ਮੰਨਣ ਨੂੰ ਤਿਆਰ ਨਹੀਂ ਸੀ ਹੁੰਦਾ। ਔਰ ਅਸੀਂ ਸਹਿਮਤੀ ਦੇ ਨਾਲ, ਸਾਰਿਆਂ ਦੇ ਪਿਆਰ ਸਤਿਕਾਰ ਨਾਲ, ਜਿਹੜੇ ਦੋਸ਼ੀ ਆ ਉਹ ਪੁਲਿਸ ਤੋਂ ਪੜਕਵਾਏ ਆ, ਉਹ ਪੁਲਿਸ ਨੇ ਪਕੜ ਕੇ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ। ਮੈਂ ਪੁਲਿਸ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਸਾਡੇ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ, ਸਮੇਂ ਨੂੰ ਧਿਆਨ 'ਚ ਰੱਖਦੇ ਹੋਏ। ਇਹ ਕਹਾਂਗਾ ਕਿ ਲੰਗਰ ਬਣਿਆ ਪਰਿਵਾਰ ਵੱਲੋਂ, ਉਹਨੂੰ ਤੁਸੀਂ ਸਾਰਿਆਂ ਨੇ ਛੱਕ ਕੇ ਜਾਣਾ, ਇਹ ਪਰਿਵਾਰ ਦੀ ਦਿਲੀ ਇੱਛਾ। ਜੈ ਭੀਮ, ਜੈ ਭਾਰਤ।